ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪੂਜਾ ਸਿੰਗਲਾ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਨਰਿੰਦਰ ਸਿੰਘ ਕਪੂਰ ਜੀ ਬਾਰੇ ਪੜਾਂਗੇ ਤੇ ਇਹਨਾਂ ਨਾਲ ਸੰਬੰਧਿਤ ਕੁਝ ਇਹੋ ਜਿਹੇ ਪ੍ਰਸ਼ਨ ਕਰਾਂਗੇ ਜੋ ਐਗਜ਼ਾਮ ਲੈਵਲ ਦੇ ਹੋਣਗੇ। ਸੋ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਨਰਿੰਦਰ ਸਿੰਘ ਕਪੂਰ ਦਾ ਜਨਮ ਕਦੋਂ ਹੋਇਆ? ਆਪਸ਼ਨ ਹੈ ਮਾਰਚ 1943, ਮਾਰਚ 1944, ਅਕਤੂਬਰ 1987, ਦਸੰਬਰ 1967। ਤਾਂ ਆਪਣਾ ਰਾਈਟ ਆਨਸਰ ਕੀ ਆ ਜਾਏਗਾ? ਬੁੱਕ ਦੇ ਅਕੋਰਡਿੰਗ ਹੈ ਮਾਰਚ 1944। ਬੁੱਕ ਦੇ ਵਿੱਚ ਮਾਰਚ 1944 ਹੀ ਦਿੱਤਾ ਹੋਇਆ, ਸੋ ਆਪਾਂ ਇਹਨੂੰ ਹੀ ਰਾਈਟ ਕਰਾਂਗੇ। ਹੋਰ ਬੁੱਕਸ ਨੂੰ ਫੋਲੋ ਕਰਨ ਤੋਂ ਉਹਨਾਂ ਨੇ ਮਨਾ ਕੀਤਾ ਗਾ। ਸਿਰਫ ਆਪਾਂ ਨੇ ਬੁੱਕ ਕੀ ਮੈਂਸ਼ਨ ਕੀਤੀ ਹੈ, PSV ਬੋਰਡ ਦੀਆਂ। ਸੋ ਨੈਕਸਟ ਕੁਸ਼ਚਨ ਕੀ ਹੈ, ਨਰਿੰਦਰ ਕਪੂਰ ਦਾ ਜਨਮ ਅਸਥਾਨ ਦੱਸੋ, ਉਹਨਾਂ ਦਾ ਜਨਮ ਕਿੱਥੇ ਹੋਇਆ ਸੀ? ਤਾਂ ਆਪਣੇ ਆਪਸ਼ਨ ਹੈ ਰਾਵਲਪਿੰਡੀ, ਜਲੰਧਰ, ਗੁਰਦਾਸਪੁਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਹੈ, ਰਾਵਲਪਿੰਡੀ, ਆਂਦੀ ਪਿੰਡ ਦੇ ਵਿੱਚ ਹੋਇਆ ਸੀ। ਬੁੱਕ ਦੇ ਵਿੱਚ ਆਂਦੀ ਪਿੰਡ ਮੈਂਸ਼ਨ ਹੈ, ਤਾਂ ਆਪਾਂ ਉਹਨੂੰ ਰਾਈਟ ਮੰਨਾਂਗੇ, ਆਂਦੀ ਪਿੰਡ ਦੇ ਵਿੱਚ, ਰਾਵਲਪਿੰਡੀ ਦੇ ਵਿੱਚ। ਠੀਕ ਹੈ, ਨੈਕਸਟ ਕੁਸ਼ਚਨ ਹੈ, ਪੰਜਾਬੀ ਦੇ ਉੱਚ ਕੋਟੀ ਦੇ ਨਿਬੰਧਕਾਰ ਕੌਣ ਸਨ? ਤੇਜਾ ਸਿੰਘ, ਹਰਪਾਲ ਸਿੰਘ ਪੰਨੂ, ਨਰਿੰਦਰ ਸਿੰਘ ਕਪੂਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਆ ਜਾਏਗਾ? ਨਰਿੰਦਰ ਸਿੰਘ ਕਪੂਰ। ਤਾਂ ਨੈਕਸਟ ਕੁਸ਼ਚਨ ਦੇਖੋ, ਨੈਕਸਟ ਕੁਸ਼ਚਨ ਹੈ, ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਲੇਖ ਸੰਗ੍ਰਹਿ ਨਰਿੰਦਰ ਕਪੂਰ ਦਾ ਕਪੂਰ ਦੇ ਹਨ? ਜਿਹੜੇ ਹੇਠ ਲਿਖੇ ਉਹਨਾਂ ਵਿੱਚੋਂ ਲੇਖ ਸੰਗ੍ਰਹਿ ਨਰਿੰਦਰ ਕਪੂਰ ਦੇ ਦੱਸਣੇ ਹੈ, ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਗ੍ਰਹਿ ਜਿਹੜਾ ਹੈਗਾ ਲੇਖ ਸੰਗ੍ਰਹਿ ਨਰਿੰਦਰ ਕਪੂਰ ਦਾ? ਆਪਸ਼ਨ ਹੈ ਤਰਕਵੇਦ, ਆਮੋ ਸਾਹਮਣੇ ਬੂਹੇ ਬਾਰੀਆਂ, ਜੋ ਉਪਰੋਕਤ ਸਾਰੇ। ਤਾਂ ਦੇਖੋ, ਤਰਕਵੇਦ, ਆਮੋ ਸਾਹਮਣੇ ਬੂਹੇ ਬਾਰੀਆਂ, ਸਾਰੇ ਲੇਖ ਕਿਹਦੇ ਨੇ? ਨਰਿੰਦਰ ਸਿੰਘ ਕਪੂਰ ਦੇ। ਤਾਂ ਆਪਣਾ ਰਾਈਟ ਆਨਸਰ ਕੀ ਆ ਜਾਏਗਾ? ਉਪਰੋਕਤ ਸਾਰੇ। ਤਾਂ ਰਾਈਟ ਆਨਸਰ ਕੀ ਆ ਜਾਏਗਾ? ਉਪਰੋਕਤ ਸਾਰੇ। ਨੈਕਸਟ ਕੁਸ਼ਚਨ ਦੇ ਮੂਵ ਕਰਦੇ ਹਾਂ, ਨਰਿੰਦਰ ਕਪੂਰ ਦੇ ਨਿਬੰਧ ਜਿਹੜੇ ਹੁੰਦੇ ਸੀ, ਮਤਲਬ ਜਿਹੜੇ ਵੀ ਨਿਬੰਧ ਉਹ ਲਿਖਦੇ ਨੇ, ਉਹਨਾਂ ਦਾ ਮੁੱਖ ਵਿਸ਼ਾ ਕੀ ਹੁੰਦਾ? ਤਾਂ ਆਪਸ਼ਨ ਹੈ ਰਾਜਨੀਤਿਕ, ਮਨੋਵਿਗਿਆਨਿਕ, ਧਾਰਮਿਕ ਅਤੇ ਸੱਭਿਆਚਾਰ। ਰਾਈਟ ਆਨਸਰ ਕੀ ਆ ਜਾਏਗਾ ਆਪਣੇ ਕੋਲ? ਮਨੋਵਿਗਿਆਨਿਕ, ਕਿਉਂਕਿ ਉਹਨਾਂ ਦੇ ਜਿੰਨੇ ਵੀ ਲੇਖ ਹੁੰਦੇ ਸੀ ਉਹ ਆਪਣੇ ਕਾਹਦੇ ਨਾਲ ਰਿਲੇਟਡ ਹੈ? ਮਨੋਵਿਗਿਆਨ ਨਾਲ। ਕਾਹਦੇ ਨਾਲ ਰਿਲੇਟਡ ਹੈ? ਮਨੋਵਿਗਿਆਨ ਨਾਲ, ਜਿਹਨੂੰ ਅੰਗਰੇਜ਼ੀ ਦੇ ਵਿੱਚ ਸਾਈਕੋਲੋਜੀਕਲ ਕਹਿੰਦੇ ਆ। ਨੈਕਸਟ ਦੇਖੋ, ਨਰਿੰਦਰ ਕਪੂਰ ਆਪਦਾ ਆਦਰਸ਼ ਕਿਸਨੂੰ ਮੰਨਦੇ ਹਨ, ਮਤਲਬ ਆਪਦਾ ਆਈਡਲ ਕਿਹਨੂੰ ਮੰਨਦੇ ਆ? ਆਪਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਅਤੇ ਆਪਸ਼ਨ ਹੈ ਸੁਜਾਨ ਸਿੰਘ। ਤੋ ਆਪਦਾ ਜਿਹੜਾ ਆਦਰਸ਼ ਹੈ ਉਹ ਕਿਹਨੂੰ ਮੰਨਦੇ ਸੀ? ਪ੍ਰੋਫੈਸਰ ਪੂਰਨ ਸਿੰਘ ਨੂੰ। ਨੈਕਸਟ ਜਿਹੜਾ ਕੁਸ਼ਚਨ ਹੈ ਦੇਖੋ, ਐਗਜ਼ਾਮ ਦੇ ਵਿੱਚ ਆਇਆ ਸੀ, ਤੁਰਨ ਦਾ ਹੁਨਰ ਕਿਸਦੀ ਰਚਨਾ? ਆਪਸ਼ਨ ਹੈ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਨਰਿੰਦਰ ਕਪੂਰ, ਅਤੇ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਆਜੂਗਾ? ਨਰਿੰਦਰ ਸਿੰਘ ਕਪੂਰ ਆਪਣਾ ਰਾਈਟ ਆਨਸਰ ਇਹ ਆਊਗਾ। ਅਤੇ ਆਪਾਂ ਨੂੰ ਆਇਆ ਵੀ ਸੀਗਾ ਇਹ, ਜੋ ਵੀ ਇਹ ਲੇਖ ਹੈ ਜਿਹੜਾ ਤੁਰਨ ਦਾ ਹੁਨਰ ਹੈ, ਇਹਦੇ ਵਿੱਚ ਉਹਨਾਂ ਨੇ ਤੁਰਨ ਦੀ ਮਹੱਤਤਾ ਦਿੱਤੀ ਹੋਈ ਹੈ ਕਿ ਤੁਰਨ ਨਾਲ ਕੀ ਹੁੰਦਾ ਹੈ, ਤੁਰਨ ਨਾਲ ਆਪਾਂ ਨੂੰ ਕਿਹੜੇ ਫਾਇਦੇ ਮਿਲਦੇ ਹਨ, ਹੈ ਨਾ, ਉਹ ਚੀਜ਼ਾਂ ਨੇ। ਤਾਂ ਆਪਣਾ ਅਗਲਾ ਕੁਸ਼ਚਨ ਕੀ ਹੈ, ਨਰਿੰਦਰ ਕਪੂਰ ਦੀ ਸਵੈ ਜੀਵਨੀ ਦਾ ਨਾਮ ਲਿਖੋ, ਨਾਮ ਦੱਸਣਾ। ਆਪਸ਼ਨ ਹੈ ਧੁੱਪ ਛਾਵਾਂ, ਅੰਤਰਜਾ, ਤਰਕਵੇਦ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਆਜੂ? ਧੁੱਪ ਛਾਵਾਂ ਜਿਹੜਾ ਹੈਗਾ ਉਹ ਉਹਨਾਂ ਦੀ ਕੀ ਹੈ? ਸਵੈ ਜੀਵਨੀ। ਤਾਂ ਆਪਣਾ ਨੈਕਸਟ ਕੁਸ਼ਚਨ ਕੀ ਆ, ਹਿਊਸੰਗ ਅਤੇ ਫਾਇਆਨ ਭਾਰਤ ਕਿਸ ਤਰ੍ਹਾਂ ਹੈ? ਜਿਹੜਾ ਇਹ ਆਪਣੇ ਕੁਸ਼ਚਨ ਹੈ, ਇਹ ਤੁਰਨ ਦੇ ਹੁਨਰ ਲੇਖ ਦੇ ਵਿੱਚੋਂ ਮੈਨੇ ਲੈ ਗਏ, ਕਿਉਂਕਿ ਕਈ ਵਾਰੀ ਇੱਦਾਂ ਦੇ ਕੁਸ਼ਚਨ ਆ ਜਾਂਦੇ ਆ। ਤਾਂ ਆਪਸ਼ਨ ਕੀ ਹੈ? ਆਪਸ਼ਨ ਹੈ ਜਿਹੜੇ ਜਹਾਜ਼ ਤੇ, ਕਾਰ ਤੇ, ਘੋੜੇ ਤੇ, ਤੁਰਕੇ। ਤਾਂ ਰਾਈਟ ਆਨਸਰ ਕੀ ਹੈ? ਤੁਰਕੇ। ਹਿਊਸੰਗ ਅਤੇ ਫਾਇਆਨ ਭਾਰਤ ਕਿਸ ਤਰ੍ਹਾਂ ਹੈ? ਨੈਕਸਟ ਕੁਸ਼ਚਨ ਕੀ ਹੈ, ਕਹਿੰਦੇ ਵੇਖਣ ਚੱਲਿਆ ਹਾਂ ਕਿ ਦੁਨੀਆਂ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆਂ ਨੂੰ ਸਿਖਾਉਣ ਲਈ ਕੀ ਹੈ, ਇਹ ਉਦੇਸ਼ ਕਿਸ ਦਾ ਹੈ? ਦੇਖੋ, ਪਹਿਲਾਂ ਤਾਂ ਜਿਹੜੀਆਂ ਇਹ ਲਾਈਨਸ ਹੈ ਇਹ ਤੁਰਨ ਦੇ ਹੁਨਰ ਦੇ ਵਿੱਚੋਂ ਲਈਆਂ ਗਈ ਹੈ, ਠੀਕ ਹੈ। ਅਤੇ ਆਪਸ਼ਨ ਆਪਾਂ ਨੂੰ ਕੀ ਦਿੱਤਾ ਹੋਇਆ? ਯੂਨਾਨੀ ਫਿਲੋਸਫਰ, ਗ੍ਰੀਕ ਫਿਲੋਸਫਰ, ਏ ਅਤੇ ਬੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਆ ਜੋ? ਯੂਨਾਨੀ ਫਿਲੋਸਫਰ ਦੀਆਂ ਇਹ ਲਾਈਨਸ ਨੇ, ਠੀਕ ਹੈ। ਅੱਗੇ ਦੇਖੋ, ਕਹਿੰਦੇ ਸੱਚੋ ਸੱਚ ਦੀ ਵਿਧਾ ਕੀ ਹੈ? ਕਹਿੰਦੇ ਸੱਚੋ ਸੱਚ ਦੀ ਵਿਧਾ ਕੀ ਹੈ, ਵੀ ਸੱਚੋ ਸੱਚ ਹੈ ਕੀ ਹੈ? ਆਪਸ਼ਨ ਹੈ ਜੀਵਨੀ, ਕਹਾਣੀ, ਲੇਖ, ਸਫ਼ਰਨਾਮਾ।
ਤਾਂ ਆਪਣਾ ਰਾਈਟ ਆਂਸਰ ਕੀ ਹੈ, ਸਫ਼ਰਨਾਮਾ ਹੈ। ਨਰਿੰਦਰ ਸਿੰਘ ਕਪੂਰ ਦਾ ਜਿਹੜਾ ਸਫ਼ਰਨਾਮਾ, ਉਹਦਾ ਨਾਮ ਕੀ ਹੈ, ਸੱਚੋ ਸੱਚ, ਅਤੇ ਉਹਦੀ ਵਿਧਾ ਵੀ ਕੀ ਹੈ, ਉਹ ਸਫ਼ਰਨਾਮਾ। ਨੈਕਸਟ ਦੇਖੋ, ਸੱਚੋ ਸੱਚ ਦਾ ਦੂਜਾ ਨਾਮ ਕੀ ਹੈ। ਦੂਜਾ ਨਾਮ ਵੀ ਆ ਸਕਦਾ ਜਾਂ ਬ੍ਰੈਕਿਟ ਦੇ ਵਿੱਚ ਵੀ ਆ ਸਕਦਾ, ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਕਿਸੇ ਹੋਰ ਦਾ ਨਾ ਹੋਵੇ ਕਿਤੇ। ਅਤੇ ਆਪਸ਼ਨ ਹੈ ਰੂਸੀ ਸਫ਼ਰਨਾਮਾ, ਲੰਡਨ ਸਫ਼ਰਨਾਮਾ, ਅਤੇ ਨੈਕਸਟ ਆਪਸ਼ਨ ਕੀ ਹੈ, ਅਮਰੀਕਾ ਸਫ਼ਰਨਾਮਾ, ਜਾਂ ਇਹਨਾਂ ਵਿੱਚ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਂਸਰ ਕੀ ਹੈ, ਸੱਚੋ ਸੱਚ ਦਾ ਦੂਜਾ ਨਾਮ ਕੀ, ਅਮਰੀਕਾ ਸਫ਼ਰਨਾਮਾ, ਠੀਕ ਹੈ। ਨੈਕਸਟ ਹੈ ਦੇਖੋ, ਕਹਿੰਦੇ ਸੱਚੋ ਸੱਚ ਦੇ ਕਿੰਨੇ ਕਾਂਡ ਹਨ, ਸੱਚੋ ਸੱਚ ਦੇ ਕਿੰਨੇ ਕਾਂਡ ਹਨ। ਤਾਂ ਆਪਣਾ ਰਾਈਟ ਆਂਸਰ ਕੀ ਆ ਜਾਏਗਾ, ਆਪਸ਼ਨ ਹੈ 9, 10, 11, 16। ਤਾਂ ਰਾਈਟ ਆਂਸਰ ਕੀ ਹੈ, 11, ਅਤੇ ਉਹਦੇ ਕਿੰਨੇ ਕਾਂਡ ਨੇ, 11 ਕਾਂਡ ਨੇ, ਠੀਕ ਹੈ। ਨੈਕਸਟ ਕੁਸ਼ਚਨ ਦੇਖੋ, ਕਹਿੰਦੇ ਸੱਚੋ ਸੱਚ ਕਦੋਂ ਪ੍ਰਕਾਸ਼ਿਤ ਹੋਇਆ ਸੀ, ਜਿਹੜਾ ਸਫ਼ਰਨਾਮਾ ਸੀ ਉਹ ਕਦੋਂ ਪ੍ਰਕਾਸ਼ਿਤ ਹੋਇਆ ਸੀ। ਆਪਸ਼ਨ ਹੈ 1987, 1988, 1990। ਤਾਂ ਆਪਣਾ ਰਾਈਟ ਆਂਸਰ ਕੀ ਹੈ, 1990। ਦੇਖੋ ਇਹ ਬੁੱਕ ਦੇ ਵਿੱਚ ਮੈਨਸ਼ਨ ਹੈਗਾ ਸੀ, ਤਾਂ ਇਹਦੇ ਰਿਲੇਟਡ ਮੈਨੇ ਕੁਸ਼ਚਨ 2-3 ਹੋਰ ਐਡ ਕਰ ਲਏ, ਕਿ ਕਈ ਵਾਰੀ ਇੱਦਾਂ ਦੇ ਕੁਸ਼ਚਨ ਪੁੱਟ ਕਰ ਲੈਂਦੇ ਆ, ਫਿਰ ਆਪਾਂ ਨੂੰ ਕੋਈ ਡਾਊਟ ਨਹੀਂ ਰਹਿਣਾ। ਨਰਿੰਦਰ ਸਿੰਘ ਕਪੂਰ ਦੀ ਰਚਨਾ ਨਹੀਂ ਹੈ, ਕਿਹੜੀ ਰਚਨਾ ਨਹੀਂ ਹੈ। ਆਪਸ਼ਨ ਹੈ ਬੂਹੇਬਾਰੀਆਂ, ਡੂੰਘੀਆਂ ਸਿਖਰਾਂ, ਰਾਹ ਰਾਸਤੇ, ਨਵਾਂ ਪੰਜਾਬ। ਦੇਖੋ ਬੂਹੇਬਾਰੀਆਂ ਵੀ ਨਰਿੰਦਰ ਸਿੰਘ ਕਪੂਰ ਦੀ ਹੈ, ਡੂੰਘੀਆਂ ਸਿਖਰਾਂ ਵੀ ਨਰਿੰਦਰ ਸਿੰਘ ਕਪੂਰ ਦੀ ਹੈ, ਰਾਹ ਰਾਸਤੇ ਵੀ ਨਰਿੰਦਰ ਸਿੰਘ ਕਪੂਰ ਦੀ ਹੈ। ਤਾਂ ਨਵਾਂ ਪੰਜਾਬ ਜਿਹੜਾ ਹੈਗਾ, ਇਹ ਨਰਿੰਦਰ ਸਿੰਘ ਕਪੂਰ ਦੀ ਰਚਨਾ ਨਹੀਂ ਹੈਗੀ, ਠੀਕ ਹੈ। ਨੈਕਸਟ ਦੇਖੋ, ਕਹਿੰਦੇ ਨਰਿੰਦਰ ਸਿੰਘ ਕਪੂਰ ਦੇ ਮਾਤਾ ਪਿਤਾ ਦਾ ਨਾਮ ਕੀ ਸੀ। ਸੋਰੀ, ਥੋੜ੍ਹੀ ਜਿਹੀ ਟਾਈਪਿੰਗ ਮਿਸਟੇਕ ਹੋ ਗਈ, ਨਾਮ ਦੱਸਣਾ ਗਾ, ਇੱਥੋਂ ਆਹ ਚੀਜ਼ ਨਹੀਂ ਹੈਗੀ, ਠੀਕ ਹੈ। ਆਪਾਂ ਨਾਮ ਦੱਸਣਾ, ਆਪਸ਼ਨ ਹੈ ਮਾਤਾ ਮੀਰਾਵਾਲੀ ਅਤੇ ਪਿਤਾ ਹਰਦਿਤ ਸਿੰਘ, ਨਿਹਾਲ ਕੌਰ ਅਤੇ ਹੀਰਾ ਸਿੰਘ, ਮਾਲਨੀ ਅਤੇ ਪਿਸ਼ੋਰਾ ਸਿੰਘ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਕੀ ਹੈ, ਰਾਈਟ ਆਂਸਰ ਕੀ ਹੈ, ਮਾਤਾ ਵੀਰਾਵਾਲੀ ਅਤੇ ਪਿਤਾ ਹਰਦਿਤ ਸਿੰਘ, ਵੀਰਾਵਾਲੀ ਅਤੇ ਹਰਦਿਤ ਸਿੰਘ। ਦੇਖੋ ਇੱਕ ਅੱਧੇ ਦਿਨ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਦੇ ਜੋ ਵੀ ਪੇਰੈਂਟਸ ਦੇ ਨੇਮ ਹੈ, ਰਾਈਟਰਸ ਦੇ ਪੇਰੈਂਟਸ ਦੇ ਨੇਮ ਹੈ, ਜਾਂ ਡੇਟਸ ਨੇ ਇੰਪੋਰਟੈਂਟ, ਜਾਂ ਉਹਨਾਂ ਦੇ ਸਨ ਹੈਗੇ ਨੇ, ਉਹਨਾਂ ਦੀ ਨਾ ਮੈਂ ਤੁਹਾਨੂੰ ਇੱਕ ਸ਼ੋਰਟ ਹੈਂਡ ਬਣਾ ਕੇ ਦਊਂਗੀ, ਮਤਲਬ ਸ਼ੋਰਟ ਨੋਟਸ ਬਣਾਊਂਗੀ, ਅਤੇ ਉਹਦੀ ਵੀਡੀਓ ਮੈਂ ਅਪਲੋਡ ਕਰੂੰਗੀ, ਤੁਸੀਂ ਜ਼ਰੂਰ ਦੇਖਿਓ। ਕਈ ਵਾਰੀ ਜਾਂਦੇ ਜਾਂਦੇ ਆਪਾਂ ਈਅਰ ਭੁੱਲ ਜਾਂਦੇ, ਤਾਂ ਉਹ ਵੀਡੀਓ ਦੇਖ ਕੇ ਤੁਹਾਨੂੰ ਯਾਦ ਆ ਜਾਏਗਾ ਕਿ ਆਹ ਉਹਦਾ ਈਅਰ ਹੈਗਾ, ਹੈ ਨਾ, ਜਾਂ ਉਹਦੇ ਪੇਰੈਂਟਸ ਦਾ ਨੇਮ ਹੈ। ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਨੈਕਸਟ ਆਪਸ਼ਨ ਕੀ ਹੈ, ਨੈਕਸਟ ਕੁਸ਼ਚਨ ਕੀ ਹੈ, ਨਰਿੰਦਰ ਸਿੰਘ ਕਪੂਰ ਨੂੰ ਆਹਮੋ ਸਾਹਮਣੇ ਬੁੱਕ ਕਿਤਾਬ ਲਈ ਕਿਹੜਾ ਅਵਾਰਡ ਮਿਲਿਆ ਸੀ। ਆਪਸ਼ਨ ਹੈ ਪਦਮ ਭੂਸ਼ਣ, ਪਦਮ ਸ਼੍ਰੀ, ਗੁਰਬਖਸ਼ ਸਿੰਘ, ਪ੍ਰੀਤਲੜੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਂਸਰ ਕੀ ਆ ਜਾਏਗਾ, ਗੁਰਬਖਸ਼ ਸਿੰਘ, ਪ੍ਰੀਤਲੜੀ। ਆਂਸਰ ਕੀ ਆ ਗਿਆ, ਗੁਰਬਖਸ਼ ਸਿੰਘ, ਪ੍ਰੀਤਲੜੀ, ਅਵਾਰਡ ਮਿਲਿਆ ਸੀ ਉਹਨਾਂ ਨੂੰ ਆਹਮੋ ਸਾਹਮਣੇ ਕਿਤਾਬ ਲਈ। ਨੈਕਸਟ ਹੈ, ਨਰਿੰਦਰ ਸਿੰਘ ਕਪੂਰ ਨੂੰ ਕਿਹੜਾ ਅਵਾਰਡ ਭਾਸ਼ਾ ਵਿਭਾਗ ਵੱਲੋਂ ਮਿਲਿਆ ਸੀ। ਭਾਸ਼ਾ ਵਿਭਾਗ ਵੱਲੋਂ ਕਿਹੜਾ ਅਵਾਰਡ ਮਿਲਿਆ ਸੀ। ਆਪਸ਼ਨ ਹੈ ਸਾਹਿਤ ਅਕਾਦਮੀ, ਸਾਹਿਤ ਦਰਸ਼ਨ, ਸ਼੍ਰੋਮਣੀ ਸਾਹਿਤਕਾਰ ਅਵਾਰਡ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਣਾ ਰਾਈਟ ਆਂਸਰ ਕੀ ਬਣੂਗਾ, ਸ਼੍ਰੋਮਣੀ ਸਾਹਿਤਕਾਰ ਅਵਾਰਡ, ਸ਼੍ਰੋਮਣੀ ਸਾਹਿਤਕਾਰ ਅਵਾਰਡ। ਆਪਣਾ ਨੈਕਸਟ ਕੁਸ਼ਚਨ ਹੈ, ਨਰਿੰਦਰ ਸਿੰਘ ਕਪੂਰ ਨੇ ਕਿਸ ਵਿਧਾ 'ਤੇ ਕੰਮ ਨਹੀਂ ਕੀਤਾ। ਮਤਲਬ ਉਹਨਾਂ ਨੇ ਬਹੁਤ ਸਾਰੀਆਂ, ਹੈ ਨਾ, ਲਿਖੀਆਂ ਰਚਨਾਵਾਂ, ਬਹੁਤ ਸਾਰੇ ਉਹਨਾਂ ਨੇ ਟਾਈਪਸ, ਜਿਵੇਂ ਸਫ਼ਰਨਾਮਾ ਹੋ ਗਿਆ, ਆਲੋਚਨਾ ਹੋ ਗਈ, ਲੇਖ ਹੋ ਗਏ, ਨਿਬੰਧ ਹੋ ਗਏ, ਉਹਨਾਂ ਨੇ ਕਿਹੜੀ ਚੀਜ਼ 'ਤੇ ਕੰਮ ਨਹੀਂ ਕੀਤਾ, ਕਹਾਣੀ 'ਤੇ। ਉਹਨਾਂ ਨੇ ਕੀ ਲਿਖੇ ਹੋਏ, ਆਲੋਚਨਾ ਵੀ ਕੀਤੀ ਹੋਈ ਹੈ ਬੁੱਕਸ ਦੀ, ਲੇਖ ਵੀ ਲਿਖੇ ਹੋਏ ਆ, ਸਫ਼ਰਨਾਮਾ ਵੀ ਲਿਖੇ ਹੋਏ, ਨਿਬੰਧ ਵੀ ਲਿਖੇ ਹੋਏ ਆ, ਕੀ ਨਹੀਂ ਲਿਖਿਆ, ਕਹਾਣੀ 'ਤੇ ਕੰਮ ਨਹੀਂ ਕੀਤਾ। ਨੈਕਸਟ ਕੁਸ਼ਚਨ ਹੈ ਅਤੇ ਲਾਸਟ ਕੁਸ਼ਚਨ ਹੈ, ਜਿਹੜਾ ਬਾਬਾ ਨੋਦ ਸਿੰਘ ਕਿਸ ਦੀ ਰਚਨਾ ਸੀ, ਜਿਸ ਦਾ ਅਨੁਵਾਦ ਨਰਿੰਦਰ ਕਪੂਰ ਨੇ ਕੀਤਾ ਸੀ। ਦੇਖੋ ਸਭ ਤੋਂ ਪਹਿਲਾਂ ਇੱਕ ਕੁਸ਼ਚਨ ਦੇ ਵਿੱਚ 2 ਕੁਸ਼ਚਨ ਬਣ ਗਏ। ਜੇ ਤੁਹਾਨੂੰ ਪੇਪਰ ਦੇ ਵਿੱਚ ਆ ਜਾਵੇ ਅਗਰ ਨਰਿੰਦਰ ਸਿੰਘ ਕਪੂਰ ਨੇ ਕਿਸ ਦੀ ਰਚਨਾ ਦਾ ਅਨੁਵਾਦ ਕੀਤਾ ਸੀ, ਕਿਸ ਰਾਈਟਰ ਦਾ, ਫਿਰ ਆ ਜਾਏਗਾ ਭਾਈ ਵੀਰ ਸਿੰਘ। ਅਤੇ ਜੇ ਆਜੂਗਾ ਵੀ ਰਚਨਾ ਦਾ ਨਾਮ ਕੀ ਸੀ, ਤਾਂ ਬਾਬਾ ਨੌਦ ਸਿੰਘ।
ਕੀ ਹੈ ਬਾਬਾ ਨੌਤ ਸਿੰਘ। ਅਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਕੁਸ਼ਚਨ ਹੈ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ। ਜੇ ਕਿਸੇ ਨੂੰ ਡਾਊਟ ਹੈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਨੇ। ਅਤੇ ਜਿਹੜੀਆਂ ਬਾਕੀ ਵੀਡੀਓਜ਼ ਹੈ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਠੀਕ ਹੈ, ਧੰਨਵਾਦ।